ਦੋਸਤੋ ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਜੈ ਹਿੰਦ। ਦੋਸਤੋ ਸਵਾਗਤ ਹੈ ਤੁਹਾਡਾ ਜੁੜਨ ਦੀ ਵਿਕਰਮ ਪ੍ਰਾਪਰਟੀ ਦੇ ਵਿੱਚ ਔਰ ਅੱਜ ਅਸੀਂ ਆਏ ਹਾਂ ਜੀ ਸਿਟੀ ਵਿਊ ਜੋ ਕਿ ਕਲੋਨੀ ਬਣੀ ਹੋਈ ਹੈ। ਰੈਜੀਡੈਂਸ਼ੀਅਲ ਪਲਾਟਸ ਗਵਰਨਮੈਂਟ ਅਪਰੂਵਡ ਲਾਇਸੈਂਸ ਨੰਬਰ ਇਹਨਾਂ ਕੋਲ ਹੈਗਾ ਜੀ ਔਰ ਔਨਲਾਈਨ ਫਾਈਲਸ ਇੱਥੇ ਭਰੀਆਂ ਜਾਂਦੀਆਂ ਨੇ, ਆਫਲਾਈਨ ਫਾਈਲਸ ਭਰੀਆਂ ਜਾਂਦੀਆਂ ਨੇ ਔਰ ਐਸਟੀਮੇਸ਼ਨਸ ਵਗੈਰਾ ਐਕਸਟਰਨਸ ਵਗੈਰਾ ਕੁਛ ਵੀ ਤੁਸੀਂ ਇੱਥੇ ਕਰਾ ਸਕਦੇ ਹੋ। ਔਰ ਦੋਸਤੋ ਜੋ ਕਲੋਨੀ ਦੀ ਲੋਕੇਸ਼ਨ ਬਣੀ ਹੋਈ ਹੈ, ਕਲੋਨੀ ਦੀ ਲੋਕੇਸ਼ਨ ਹੈ ਜੀ ਬਿਲਕੁਲ ਲੱਦੇ ਵਾਲੀ ਰੋਡ 'ਤੇ ਜਿੱਥੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਂਦੀ ਹੈ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਬਿਲਕੁਲ ਨਾਲ ਜੋ ਕਿ ਗ੍ਰੀਨ ਕਾਉਂਟੀ ਫਲੈਟਸ ਜੋ ਅਪਾਰਟਮੈਂਟਸ ਵਿਲਾਸ ਵਗੈਰਾ ਬਣੇ ਹੋਏ ਨੇ ਉਹਨਾਂ ਦੇ ਅੰਦਰ ਜਾ ਕੇ ਦੇਖਦੇ ਹਾਂ ਕਿ ਕੀ ਬਣਿਆ ਹੋਇਆ ਜੀ ਕਲੋਨੀ ਦੇ ਅੰਦਰ। ਔਰ ਪਹਿਲਾਂ ਤਾਂ ਤੁਸੀਂ ਬਾਹਰ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਜੋ ਕਿ ਐਂਟਰੈਂਸ ਕਲੋਨੀ ਦੀ ਦਿੱਤੀ ਗਈ ਹੈ, ਗੇਟ ਸਪੈਸ਼ਲ ਜੋ ਕਿ ਕਲੋਨੀਆਂ ਦਾ ਹੁੰਦਾ ਹੈ ਔਰ ਕਲੋਨੀ ਦਾ ਗੇਟ ਦੇ ਬਾਹਰ ਬਿਲਕੁਲ ਜੋ ਕਿ ਸਿਕਿਉਰਿਟੀ ਦਾ ਪ੍ਰੋਪਰ ਜੋ ਕਿ ਸਿਸਟਮ ਬਣਿਆ ਹੈ, ਪ੍ਰੋਪਰਲੀ ਸਿਕਿਉਰਿਟੀ ਗਾਰਡਸ ਵਗੈਰਾ ਬੈਠੇ ਹੋਏ ਨੇ। ਆਹ ਦੇਖ ਸਕਦੇ ਹੋ ਤੁਸੀਂ ਗੇਟ ਹੈ ਔਰ ਕੈਬਿਨ ਬਣਿਆ ਹੈ, ਇੱਥੇ ਸਿਕਿਉਰਿਟੀ ਗਾਰਡਸ ਬਣੇ ਹੁੰਦੇ ਨੇ। ਸਭ ਤੋਂ ਪਹਿਲਾਂ ਰਾਈਟ ਸਾਈਡ 'ਤੇ ਫਰੰਟ ਜੋ ਕਿ ਗਲੀ ਹੈ, ਅੱਗੇ ਜਾ ਕੇ ਜੋ ਕਿ ਫਿਰਨੀ ਬਣਦੀ ਹੈ ਪੂਰੀ ਕਲੋਨੀ ਦੇ ਵਿੱਚ, ਜੋ ਕਿ ਸਟਰੀਟ ਹੁੰਦੀ ਹੈ ਪੂਰੀ ਘੁੰਮਦੀ ਹੈ। ਉਸ ਤੋਂ ਬਾਅਦ ਕਲੋਨੀ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੀ ਜੋ ਕਿ ਪਾਰਕ ਬਣਾਇਆ ਗਿਆ ਹੈ ਕਲੋਨੀ ਦੇ ਬਿਲਕੁਲ ਐਂਟਰੈਂਸ 'ਤੇ ਵੀ ਔਰ ਇਸ ਤੋਂ ਇਲਾਵਾ ਅੰਦਰ ਵੀ ਜਾ ਕੇ ਦੇਖਾਂਗੇ ਅਸੀਂ ਕਲੋਨੀ ਦੇ ਅੰਦਰ ਵੀ ਕੁਛ ਬਣਿਆ ਹੋਇਆ ਹੈ। ਔਰ ਸਭ ਤੋਂ ਜੋ ਕਿ ਵਧੀਆ ਗੱਲ ਦੇਖਣ ਵਾਲੀ ਹੈ, ਲੋਕੈਲਿਟੀ ਦੇਖ ਸਕਦੇ ਹੋ ਤੁਸੀਂ ਕਲੋਨੀ ਦੀ ਔਰ ਕਲੋਨੀ ਦੇ ਜੋ ਕਿ ਵਿਊਜ਼ ਨੇ, ਜੋ ਲੋਕਾਂ ਨੇ ਆਪਣੀ ਰੈਜੀਡੈਂਸ਼ੀਅਲ ਪਲੋਟਸ ਵਗੈਰਾ ਬਣਾਏ ਹੋਏ ਨੇ ਔਰ ਕੋਠੀਆਂ ਬਣਾਈਆਂ ਹੋਈਆਂ ਨੇ, ਬਹੁਤ ਸ਼ਾਨਦਾਰ ਕੋਠੀਆਂ ਬਣੀਆਂ ਹੋਈਆਂ ਨੇ ਔਰ ਏ ਕਲਾਸ ਏਰੀਆ ਜੋ ਕਿ ਬਾਉਂਡਰੀ 'ਤੇ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਏ ਕਲਾਸ ਏਰੀਆ ਜੋ ਕਿ ਬਾਉਂਡਰੀ 'ਤੇ ਬਣਿਆ ਹੁੰਦਾ ਹੈ ਜਲੰਧਰ ਸ਼ਹਿਰ ਦੇ ਲੱਦੇ ਵਾਲੀ ਰੋਡ 'ਤੇ ਬਿਲਕੁਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕ੍ਰੋਸ ਕਰਨ ਤੋਂ ਬਾਅਦ ਇਹ ਕਲੋਨੀ ਪੈਂਦੀ ਹੈ ਜੀ। ਇਸ ਨੂੰ ਆਹ ਦੇਖ ਸਕਦੇ ਹੋ ਤੁਸੀਂ, ਬਹੁਤ ਹੀ ਸੋਹਣੀ ਲੋਕੈਲਿਟੀ ਹੈ ਔਰ ਬਹੁਤ ਹੀ ਪਲੋਟਸ ਇੱਥੇ, ਬਹੁਤ ਹੀ ਲੈਂਡਸ ਇੱਥੇ ਵਿਲੀਆਂ ਪਈਆਂ ਨੇ ਔਰ ਜੋ ਜਗ੍ਹਾ ਦਾ ਪ੍ਰਾਈਸ ਹੈ ਤੁਹਾਨੂੰ ਅਸੀਂ ਪਹਿਲਾਂ ਵੀ ਜਿਹੜੀ ਉਹਨਾਂ 'ਚ ਜੋ ਜਗ੍ਹਾ ਦੇ ਪ੍ਰਾਈਸ ਹੁੰਦੇ ਨੇ ਅਫੋਰਡੇਬਲ ਪ੍ਰਾਈਸਿਸ 'ਤੇ ਤੁਹਾਨੂੰ ਇੱਥੇ ਕਲੋਨੀਆਂ ਜੋ ਕਿ ਰੈਂਟ 'ਤੇ ਆਪਣੇ ਰਹਿਣ ਵਾਸਤੇ ਰੈਜੀਡੈਂਸ਼ੀਅਲ ਪਲੋਟਸ ਵਗੈਰਾ ਚਾਹੀਦੇ ਹੁਣ ਮਿਲ ਸਕਦੇ, ਜੋ ਕਿ ਸ਼ਹਿਰ ਦੇ ਬਿਲਕੁਲ ਬਾਹਰ ਦਾ ਏਰੀਆ ਨਹੀਂ ਪੈਂਦਾ ਜੀ। ਗ੍ਰੀਨ ਕਾਉਂਟੀ ਜੋ ਕਿ ਅਪਾਰਟਮੈਂਟਸ ਵਿਲਾਸ ਬਣੇ ਹੋਏ ਨੇ ਉਸਦੇ